ਔਰ ਦੱਸਦੀ ਆ ਜੀ ਮੁੰਡੇ ਬਣ ਗਿਆ ਹੀ ਹੋਰ ਕੀ ਚਾਹੀਦਾ ਉੱਥੇ ਨਵਦੀਪ ਸਿੰਘ ਤਰਕੇ ਥਾਣੇਦਾਰ ਲਾ ਕੇ ਜਿਹਨੂੰ ਐਮਐਲਏ ਦੀ ਸ਼ਹਿ ਹੋਵੇ ਰਮਨ अरोड़े ਦੀ ਉਹਨੂੰ ਗੱਲ ਵਕੜੀਆਂ ਪਾਉਂਦਾ ਹੋਵੇ ਉਹ ਦੋ ਮੁੰਡਿਆਂ ਦੀ ਉਹਨੇ ਜਾਨ ਲੈ ਲੀਆ ਜਸ਼ਨ ਦੀ ਤੇ ਮਾਨਵ ਦੀ ਹਾਲੇ ਤੱਕ ਉਹਦੇ ਮੁੰਡੇ ਨੂੰ ਬਜ਼ੁਰਗਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਸੀਐਮ ਕੋਲ ਇੰਨੀ ਬੇਸ਼ਰਮੀ ਹੈ ਇਸ ਕਿਸਮ ਦੀ ਏਡੀ ਸ਼ਰਮ ਹਿਆ ਨਹੀਂ ਕਿ ਉਹਨਾਂ ਨਾਲ ਕਿਤੇ ਤਿੰਨ ਆਰੀ ਹੋ ਗਿਆ ਜਲੰਧਰ ਉਹਨਾਂ ਨਾਲ ਦੁੱਖ ਨਹੀਂ ਸਾਂਝਾ ਕਰਕੇ ਗਿਆ ਮੇਰੇ ਸਾਹ ਸਿੱਧੂ ਮੂਸੇਵਾਲਾ ਸਾਹਿਬ ਦੇ ਪਰਿਵਾਰ ਦਾ ਕੀ ਬਣ ਰਿਹਾ ਮਤਲਬ ਮੈਂ ਇੱਕ ਧਾਰਨ ਤਮਾ ਜੀ ਸਿਪੀ ਸ਼ਰਮਾ ਦੇ ਜਿਹਨੂੰ ਭੈਣ ਆਖਿਆ ਹੋਵੇ ਉਹ ਰਖੜ ਪੁੰਨਿਆ ਰਖੜੀਆਂ ਦੋ ਲੰਘੀਆਂ ਹਲੇ ਤੱਕ ਉਹਦੇ ਭਰਾ ਨੇ ਉਹਨੂੰ ਜੋ ਬਣਦਾ ਆਪਦੀ ਭੈਣ ਦੀ ਹਫਾਜ਼ਤ ਕਰਨ ਦਾ ਜੋ ਪ੍ਰਣ ਲਿੱਤਾ ਸੀ ਉਹਨੂੰ ਨਹੀਂ ਖਲੋਂਦੇ ਕਿਸਾਨਾਂ ਨੂੰ ਡਾਂਗਾ ਭਰਾਈਆਂ ਜਾ ਰਹੀਆਂ ਪ੍ਰੀਤਮ ਸਿੰਘ ਦੀ ਉਹ ਕਿਸਾਨ ਦੇ ਸ਼ਹੀਦ ਹੋਇਆ ਨੂੰ ਕਿੰਨਾ ਸਮਾਂ ਹੋਇਆ ਹਰ ਚੀਜ਼ ਤੇ ਧੋਖਾ ਧੜੀ ਚੱਲ ਰਹੀ ਆ ਫਲੌਪ ਸ਼ੋਅ ਔਰ ਲੋਕਾਂ ਨਾਲ ਕੇਵਲ ਤੱਕਾ 150 ਨੌਜਵਾਨ ਕਹਿੰਦੇ ਵੀ ਜੇਲ੍ਹ ਦੀਆਂ ਰੋਟੀਆਂ ਠੀਕ ਨਹੀਂ ਸਾਨੂੰ ਜੇਲ੍ਹ ਜੀ ਘੜ ਦੋ ਵੀ ਇੱਥੇ ਜਿਹੜਾ ਕਿ ਹੈਗਾ ਸਾਨੂੰ ਇਤਾਂ ਦੇ ਦੇਖੋ ਇਹਨਾਂ ਮੁੰਡਿਆਂ ਨੂੰ ਧੀਆਂ ਪੈਣਾ ਨੂੰ ਵਧਾਈ ਆ ਜੀ ਜੋ ਹੌਸਲੇ ਨਾਲ ਅੱਜ ਵੀ ਇਹ ਬੈਠੇ ਕੱਢੀ ਚੜ੍ਹਦੀ ਕਲਾ ਦਾ ਇਹਨਾਂ ਨੇ ਸਬੂਤ ਦਿੱਤਾ ਗੁਰੂ ਕਿਰਪਾ ਕਰਨ ਐਡੇ ਹੌਸਲੇ ਨਾਲ ਸ਼ਾਂਤਮਈ ਤਰੀਕੇ ਨਾਲ ਕਾਨੂੰਨ ਦੇ ਅੰਦਰ ਰਹਿੰਦਿਆਂ ਪੀਸਫੁੱਲ ਪ੍ਰੋਟੈਸਟ ਕਰ ਰਹੇ ਆ ਭਾਵੇਂ ਇਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਪੁਲਿਸ ਵੱਲੋਂ ਗਾਣਾ ਕੱਢੀਆਂ ਜਾ ਰਹੀਆਂ ਨੇ ਮਗਰ ਇਹ ਆਪਣਾ ਆਪਾਂ ਨਹੀਂ ਖੋ ਰਹੇ ਮੈਂ ਅੱਜ ਵੀ ਇਹਨਾਂ ਨੂੰ ਬੇਨਤੀ ਕਰਦਾ ਕਿ ਸਰਕਾਰ ਨੂੰ ਮੌਕਾ ਨਾ ਦੇਓ ਉਹ ਮੌਕਾ ਭਾਲਦੀ ਐ ਜਿੱਥੇ ਥੋੜੀ ਹੋਣੀ ਆਣੀ ਆ ਕਿਉਂਕਿ ਸਰਕਾਰ ਨੇ ਤੁਹਾਡੇ ਨਾਲ ਫਰਾਡ ਤੇ ਧੋਖਾ ਕੀਤਾ 420 ਕੀਤੀ ਐ ਇਹ ਮੁੱਖ ਮੰਤਰੀ ਹੈ ਹੀ ਨਾ 420 ਇਹਦਾ ਦੂਜਾ ਨਾ ਭਗਵਾ ਇੱਕ ਭਗਵੰਤਮਾਨ ਦੂਜਾ 420 ਹੋਰ ਕੁਝ ਨਹੀਂ ਐ ਜਿਸ ਤਰੀਕੇ ਦਾ ਇਹਦੀ ਪਾਲਿਸੀਆਂ ਜੋ ਲੋਕਾਂ ਪ੍ਰਤੀ ਇਹਨੇ ਅਪਣਾਈਆਂ ਹੋਈਆਂ ਜੱਟੇ ਸਾਹਿਬ ਜੀ